ਬਾਕੀ ਤਰਸਲੇ ਨਾਲ ਜਨਾਬ ਤੁਸੀਂ ਚੈੱਕ ਕਰ ਸਕਦੇ ਨੇ ਮਾਸ਼ਾਅੱਲਾ 5 ਮਹੀਨੇ ਉਮਰ ਇਸ ਬਾਕੀ ਰਾਬਤਾ ਨੰਬਰ ਸਕਰੀਨ ਤੇ ਚਲਾ ਦਿੱਤਾ ਕੋਈ ਵੀ ਖਰੀਦਣਾ ਚਾਹੁੰਦਾ ਰਾਬਤਾ ਕਰੇ ਜਨਾਬ ਕਿਹੜਾ ਸ਼ਹਿਰ ਰੱਖੋਗੇ ਉਹ ਸ਼ਹਿਰ ਜਨਾਬ ਤੁਹਾਨੂੰ ਕਾਰਗੋ ਵੀ ਹੋ ਜਾਸੇ ਬਾਕੀ ਬਿਲਕੁਲ ਪਿਓਰ ਦੇਸੀ ਬਰੀਡ ਦੇ ਵਿੱਚ ਨਾ ਬੱਕਰਾ ਹੈ ਭਈਆ ਪੂਰੀ ਮੰਡੀ ਦੇ ਵਿੱਚ ਟੋਟ السلام علیکم دوستو کیسے ہیں دوستو امید کرتا ہوں کہ میرے تمام دوست خیریت سے ہوں دوستو میں آپ کا بھائی رازق شاہ تو تسا دیکھ رہے ہیں رازق ٹی وی حاصل بور تو جناب آج بھائی واسطے ماشاءاللہ پیور مکھی چینی جناب کوالٹی جناب بکرا لے کے جناب بلیک مکھی چینا آنکھ سفید اور بیک سنگھ جناب عمر جناب تقریباً 5 مہینے عمر ہے بھائی اور جناب پیور دیسی بریڈ دے جناب بلیک مکھی چینا جناب اور بالکل اے پلس کوالٹی جناب جس طرح اے پلس کوالٹی جناب ہوندی ہے توتا فیس نکوڑا جناب بالکل ہے باقی ماشاء اللہ تم نکوڑا تو چیک کرا دیں نزدیک جا کے ماشاء اللہ چیک کرو نکوڑا بالکل ہی توتا فیس جناب جس طرح ماشاء اللہ نکوڑا ہوتا ہے نا بالکل توتا فیس ہے سفید اکھس اور لمبے لمبے کان ماشاء اللہ بالکل پیور دیسی بریڈ تھا جناب یہ ویکو ਤਰਸਲੇ ਨਾਲ ਜਨਾਬ ਤੁਸੀਂ ਚੈੱਕ ਕਰ ਸਕਦੇ ਨੇ ਬਾਕੀ ਰਾਬਤਾ ਨੰਬਰ ਜਨਾਬ ਸਕਰੀਨ 'ਤੇ ਚਾਹ ਰਿਹਾ ਜਨਾਬ ਤੁਸੀਂ ਰਾਬਤਾ ਕਰਕੇ ਜਨਾਬ ਜਿਹੜੇ ਸ਼ਹਿਰ ਆਖ ਸੋ ਉਹ ਸ਼ਹਿਰ ਜਨਾਬ ਮੰਗਵਾ ਵੀ ਸਕਦੇ ਨੇ ਬਾਕੀ ਬਿਲਕੁਲ ਹੀ ਬੈਕ ਸਿੰਘ ਜਨਾਬ ਵਾਪਸ ਮੁੜਵੇਂ ਸਿੰਘਾਂ ਦੇ ਵਿੱਚ ਬਾਕੀ ਜਨਾਬ ਮਜ਼ੀਦ ਤੁਹਾਨੂੰ ਟੋਰ ਫੇਰ ਕੇ ਮਾਸ਼ਾਅੱਲਾ ਬੱਚਾ ਚੈੱਕ ਕਰਾਵਣਾ ਇਹ ਵੇਖੋ ਜੀ ਏ ਪਲੱਸ ਕੁਆਲਿਟੀ ਜਨਾਬ ਜਿਸ ਚੀਜ਼ ਨੂੰ ਆਖਦੇ ਨਾ ਬਿਲਕੁਲ ਏ ਪਲੱਸ ਚੀਜ਼ ਹੈ ਜਨਾਬ ਟੋਰ ਅੱਗਾਂ ਥੋੜ੍ਹ ਜਿਹਾ ਹੈ ਟੋਰ ਬਾਕੀ ਤਰਸਲੇ ਨਾਲ ਜਨਾਬ ਤੁਸੀਂ ਚੈੱਕ ਕਰ ਸਕਦੇ ਨੇ ਮਾਸ਼ਾਅੱਲਾ 5 ਮਹੀਨੇ ਉਮਰ ਇਸ ਬਾਕੀ ਰਾਬਤਾ ਨੰਬਰ ਸਕਰੀਨ ਤੇ ਚਲਾ ਦਿੱਤਾ ਕੋਈ ਵੀ ਖਰੀਦਣਾ ਚਾਹੁੰਦਾ ਰਾਬਤਾ ਕਰੇ ਜਨਾਬ ਕਿਹੜਾ ਸ਼ਹਿਰ ਰੱਖੋਗੇ ਉਹ ਸ਼ਹਿਰ ਜਨਾਬ ਤੁਹਾਨੂੰ ਕਾਰਗੋ ਵੀ ਹੋ ਜਾਸੇ ਬਾਕੀ ਬਿਲਕੁਲ ਪਿਓਰ ਦੇਸੀ ਬਰੀਡ ਦੇ ਵਿੱਚ ਨਾ ਬੱਕਰਾ ਹੈ ਭਈਆ ਇਹ ਚੈੱਕ ਕਰੋ ਇਹ ਬਲ ਅੱਡੀ ਤਾਂ ਮੋਟੇ ਬਾਸ ਹੁੰਦਾ ਲੰਬੀ ਪੂਛ ਔਰ ਬਿਲਕੁਲ ਟੋਰ ਹੈਗਾ ਥੋੜ੍ਹਾ ਜਿਹਾ ਇਹਨੂੰ ਤੋਂ ਟੋਰੇ ਨਾ ਪੂਰੀ ਮੰਡੀ ਦੇ ਵਿੱਚ ਟੋਰ ਟੋਰ ਅੱਗੇ ਥੋੜ੍ਹੀ ਟੋਰ ਸੋਹਣੇ ਭਾਈ ਇਸ ਤਰ੍ਹਾਂ ਟੋਰ ਅੱਗੇ ਅੱਗੇ ਟੋਰ ਭਾਈ ਪਿਓਰ ਬਲੈਕ ਚੀਨਾ ਜਨਾਬ ਬਰੀਡਿੰਗ ਵਾਸਤੇ ਮਾਸ਼ਾਅੱਲਾ ਬਿਲਕੁਲ ਜ਼ਬਰਦਸਤ ਹੈ ਪਿਆ ਕੋਈ ਭਾਈ ਖਰੀਦਣਾ ਚਾਹੇ ਰਾਬਤਾ ਕਰ ਸਕਦਾ ਰਾਬਤਾ ਨੰਬਰ ਸਕਰੀਨ 'ਤੇ ਚੱਲ ਰਿਹਾ ਜਿਹੜਾ ਭਾਈ ਪਹਿਲੇ ਰਾਬਤਾ ਕਰ ਸੀ ਉਹਨੂੰ ਜਨਾਬ ਜਾਨਵਰ ਵੀ ਪਹਿਲੇ ਮਿਲ ਸੇ ਔਰ ਜਿਹੜੇ ਸ਼ਹਿਰ ਕਹੋਗੇ ਉਹ ਸ਼ਹਿਰ ਕਾਰਗੋ ਵੀ ਜਨਾਬ ਕਰਾ ਦੇਵਾਂਗੇ ਬਾਕੀ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਔਰ ਕਮੈਂਟਸ ਕਰਕੇ ਦੱਸਣਾ ਕਿ ਰੇਟ ਕਿਸ ਤਰ੍ਹਾਂ ਲੱਗਾ ਔਰ ਜਾਨਵਰ ਕਿਸ ਤਰ੍ਹਾਂ ਲੱਗਾ ਬਾਕੀ ਜਿਹੜਾ ਭਾਈ ਰਾਬਤਾ ਕਰ ਸੀ ਬਿਲਕੁਲ ਮੁਨਾਸਿਬ ਰੇਟ ਉਹਨੂੰ ਜਾਨਵਰ ਦੇ ਦਿੱਤਾ ਜਨਾਬ ਬਿਲਕੁਲ ਮੁਨਾਸਿਬ